ਸੀ ਪੰਜਾਬੀ ਸਿਮੀ ਉਹ ਜੀ ਅਸੀਂ ਇੱਥੇ ਗੋਆ ਫੈਸਟ ਤੇ ਆਏ ਆ ਇਹ ਐਕਚੁਅਲੀ ਐਡਵਰਟਾਈਜ਼ਿੰਗ ਫੈਸਟੀਵਲ ਹੈਗਾ ਮੈਂ ਕਿਹਾ ਕਿਉਂ ਨਾ ਇਹਨਾਂ ਤੇ ਵੀ ਇੱਕ ਚੰਗੀ ਜੀ ਵੀਡੀਓ ਬਣਾ ਦਿੱਤੀ ਜਾਵੇ ਬਟ ਇਟਸ ਅ ਫੈਕਟ ਇੱਕ ਦਿਨ ਮੈਂ ਇੱਕ ਟਵਿੱਟਰ ਤੇ ਪੜਿਆ ਇੱਕ ਬੰਦਾ ਹੈਗਾ ਉਹਦਾ ਨਾਮ ਹੈਗਾ ਲਕਸ਼ਮੀ ਰਾਮ ਉਹਨੇ ਬਹੁਤ ਟਵਿੱਟਰ ਤੇ ਲਿਖਿਆ ਕਿ ਬਈ ਐਡ ਕਲੱਬ ਦੀ ਨਾ ਲਾਈਫ ਟਾਈਮ ਮੈਂਬਰਸ਼ਿਪ ਖੁੱਲੀ ਹੈਗੀ ਆ ਸਿਰਫ 20-25 ਹਜ਼ਾਰ ਰੁਪਏ ਤੁਸੀਂ ਦੇ ਦਿਓ ਤੇ ਪੂਰੇ ਲਾਈਫ ਟਾਈਮ ਲਈ ਮੈਂਬਰ ਬਣ ਜਾਓ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਮੈਂ ਫਟਾਫਟ ਉਹ ਬੰਦੇ ਨੂੰ ਫੋਨ ਕੀਤਾ ਮੈਂ ਬਈ ਤੁਹਾਡਾ ਕਲੱਬ ਕੀ ਕਰਦਾ ਕਹਿੰਦਾ ਇਹ ਬਹੁਤ ਸੋਹਣਾ ਚੰਗਾ ਐਡਵਰਟਾਈਜ਼ਿੰਗ ਕਲੱਬ ਹੈਗਾ ਮੈਂ ਕਿਹਾ ਅੱਛਾ ਅਤੇ ਤੁਹਾਡਾ ਕਲੱਬ ਹੈ ਕਿੱਥੇ ਕਹਿੰਦਾ ਰਜਿਸਟਰਡ ਕਲੱਬ ਹੈ ਮੈਂ ਕਹਿੰਦੀ ਉਹਦੀ ਲੋਕੇਸ਼ਨ ਤਾਂ ਦੱਸੋ ਉਹ ਬੰਦਾ ਗੋਲ ਮੋਲ ਗੱਲਾਂ ਕਰਦਾ ਰਿਹਾ ਮੈਂ ਕਿਹਾ ਚਲੋ ਹੋਰ ਸਵਾਲ ਪੁੱਛਣੇ ਆ ਮੇ ਬੀ ਕਿਸੇ ਹਾਈ ਫਲਾਈਂਗ ਸੋਫਿਸਟੀਕੇਟਡ ਲੋਕੇਸ਼ਨ ਨਹੀਂ ਹੈਗੀ ਹੈ ਕੋਈ ਐਵੇਂ ਜੀ ਹੈਗੀ ਹੈ ਮੇ ਬੀ ਇਹਨਾਂ ਦੀ ਫੈਸਿਲਿਟੀਜ਼ ਚੰਗੀਆਂ ਮੈਂ ਕਿਹਾ ਤੁਸੀਂ ਸਵਿਮਿੰਗ ਹੈਗੀ ਤੁਹਾਡੇ ਕੋਲ ਫੈਸਿਲਿਟੀ ਕਹਿੰਦਾ ਨਹੀਂ ਮੈਂ ਕਿਹਾ ਤੁਹਾਨੂੰ ਟੈਨਿਸ ਕੋਰਟਸ ਹੈਗੇ ਨੇ ਕਹਿੰਦਾ ਨਹੀਂ ਮੈਂ ਕਿਹਾ ਸਕੁਆਸ਼ ਕੋਰਟਸ ਕਹਿੰਦਾ ਨਹੀਂ ਮੈਂ ਕੁਛ ਵੀ ਨਹੀਂ ਹਾਰਸ ਰਾਈਡਿੰਗ ਹੈਗੀ ਹੈ ਕਹਿੰਦਾ ਨਹੀਂ ਤੁਹਾਡਾ ਕਲੱਬ ਕਾਹਦਾ ਕਹਿੰਦਾ ਲੈ ਜੀ ਸਾਡਾ ਕਲੱਬ ਤਾਂ ਗੱਲਾਂ ਬਾਤਾਂ ਕਰਨ ਲਈ ਸਭ ਤੋਂ ਨੰਬਰ ਵਨ ਹੈ ਅਸੀਂ ਸਾਰੇ ਐਡਵਰਟਾਈਜ਼ਿੰਗ ਇੰਡਸਟਰੀ ਨੂੰ ਸਿਖਾਉਂਦੇ ਹਾਂ ਕਿ ਕਿੱਦਾਂ ਦੀ ਐਡਵਰਟਾਈਜ਼ਿੰਗ ਤੁਸੀਂ ਕਰਨੀ ਚਾਹੀਦੀ ਹੈ ਕਿੱਦਾਂ ਦੀ ਐਡਵਰਟਾਈਜ਼ਿੰਗ ਨੂੰ ਫਸਟ ਸੈਕਿੰਡ ਥਰਡ ਪ੍ਰਾਈਜ਼ ਮਿਲਦਾ ਮੈਂ ਕਿਹਾ ਅੱਛਾ 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 ਤੁਸੀਂ ਇੱਦਾਂ ਦੀਆਂ ਗੱਲਾਂ ਸਿਖਾਉਂਦੇ ਹੋ ਕਹਿੰਦਾ ਹਾਂਜੀ ਅਸੀਂ ਇੱਦਾਂ ਦੀਆਂ ਗੱਲਾਂ ਸਿਖਾਉਂਦੇ ਹਾਂ ਮੈਂ ਕਿਹਾ ਤੇ ਇਹਦਾ ਮਤਲਬ ਹੈਗਾ ਤੇ ਜਿਹੜਾ ਤੁਹਾਡਾ ਕਲੱਬ ਹੈਗਾ ਉਹ ਹਵਾ ਵਿੱਚ ਹੀ ਹੈਗਾ ਕਹਿੰਦਾ ਹਾਂਜੀ ਹਵਾ ਵਿੱਚ ਹੀ ਹੈਗਾ ਬਟ ਅਸੀਂ ਇੱਦਾਂ ਦੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਸ ਵਿੱਚ ਜਾ ਕੇ ਫੈਸਟੀਵਲਸ ਕਰਦੇ ਹਾਂ ਅੱਛਾ ਮੈਂ ਕਿਹਾ ਤੇ ਉਹਦੇ ਪੈਸੇ ਇੱਕ ਵਾਰੀ 20,000 ਦੇ ਦਿਓ ਸਾਰਾ ਕੁਝ ਕਵਰ ਹੈ ਕਹਿੰਦਾ ਨਾ 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 ਇਹ ਵਾਲੇ ਫੈਸਟੀਵਲਸ ਨੂੰ ਆਉਣ ਲਈ ਤੁਹਾਨੂੰ 15,000 ਜਾਂ 14,000 ਪਰ ਪਰਸਨ ਅਲੱਗ ਦੇਣਾ ਪੈਂਦਾ ਅਤੇ ਤੁਹਾਡਾ ਖਾਣ ਦਾ ਰਹਿਣ ਦਾ ਪੀਣ ਦਾ ਖਰਚਾ ਅਲੱਗ ਮੈਂ ਕਿਹਾ ਵਾਹ ਤਾਂ ਚੰਗੀ ਗੱਲ ਹੈ ਬਈ ਇੱਦਾਂ ਦਾ ਖਿਆਲ ਮੈਨੂੰ ਕਿਉਂ ਨਹੀਂ ਆਇਆ ਮੈਂ ਵੀ ਇੱਦਾਂ ਦਾ ਕਲੱਬ ਬਣਾ ਲੈਂਦੀ ਮੇਰੇ ਵੀ ਬਥੇਰੇ ਪੈਸੇ ਬਣ ਜਾਂਦੇ ਚਲੋ ਹੁਣ ਮੇਰੀ ਅਕਲ ਸਲੋਅ ਚੱਲੀ ਹੈ ਕੋਈ ਗੱਲ ਨਹੀਂ ਕੁਝ ਹੋਰ ਖਿਆਲ ਆ ਜਾਣਾ ਪਰ ਤੁਸੀਂ ਦੇਖੋ ਜਿਹੜੇ ਅਸਲੀ ਐਡਵਰਟਾਈਜ਼ਿੰਗ ਗੁਰੂਜ਼ ਹੈਗੇ ਨੇ ਨਾ ਇਹ ਸਾਰੇ ਬਾਬੇ ਨੇ ਗੁਰੂ ਨੇ ਸ਼੍ਰੀ ਸ਼੍ਰੀ ਮਾਨ ਨੇ ਮਾਤਾ ਜੀ ਨੇ ਜਿਨ੍ਹਾਂ ਨੂੰ ਕਦੀ ਵੀ ਕੋਈ ਐਡਵਰਟਾਈਜ਼ਿੰਗ ਨਾ ਸਲੋਗਨ ਨਾ ਜਿੰਗਲ ਦੀ ਲੋੜ ਹੈਗੀ ਹੈ ਉਹ ਆਪਣਾ ਕੁਛ ਨਵਾਂ ਜਿਹਾ ਕੰਮ ਸ਼ੁਰੂ ਕਰ ਦਿੰਦੇ ਨੇ ਸਾਰੀ ਦੁਨੀਆ ਉਹਨਾਂ ਦੇ ਪਿੱਛੇ ਨੱਠੀ ਜਾਂਦੀ ਹੈ ਅਤੇ ਉਹਨਾਂ ਦੇ ਉੱਤੇ ਪੈਸੇ ਵੀ ਸੁੱਟੀ ਜਾਂਦੀ ਹੈ ਉਹਨਾਂ ਨੂੰ ਕਦੀ ਵੀ ਕਿਸੇ ਵੈਂਚਰ ਕੈਪੀਟਲਿਸਟ ਦੀ ਵੀ ਲੋੜ ਨਹੀਂ ਪੈਂਦੀ ਹੈ ਉਹਨਾਂ ਦੇ ਕੋਲ ਆਪਣੇ ਆਪ ਸਾਰਾ ਕੁਝ ਆ ਜਾਂਦਾ ਨਾਂ ਵੀ ਆ ਜਾਂਦਾ ਉਹਨਾਂ ਦੀ ਪਾਪੂਲੈਰਿਟੀ ਵੀ ਹੋ ਜਾਂਦੀ ਹੈ ਪੈਸਾ ਵੀ ਆ ਜਾਂਦਾ ਹੈ ਕਿ ਨਹੀਂ ਹੁਣ ਇਹਨਾਂ ਦੇ ਇੱਦਾਂ ਦੇ ਲੋਕਾਂ ਕੋਲੋਂ ਸਾਰੀ ਦੁਨੀਆ ਨੂੰ ਐਡਵਰਟਾਈਜ਼ਿੰਗ ਸਿੱਖਣੀ ਚਾਹੀਦੀ ਹੈ ਨਾ ਕਿ ਇੱਦਾਂ ਦੀ ਜਗ੍ਹਾ 'ਚ ਇੰਨੇ ਪੈਸੇ ਆ ਕੇ ਖਰਚੋ ਬਾਬੇ ਦੇ ਕੋਲ ਜਾਓ ਚੁਣਨੀ ਦਿਓ ਮੱਥਾ ਟੇਕੋ ਅਤੇ ਉਹਦਾ ਗਿਆਨ ਲੈ ਲਓ ਬਸ ਹੈ ਕਿ ਨਹੀਂ ਜੇ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਐਂਡ ਕੀਪ ਵਾਚਿੰਗ ਦੇਸੀ ਪੰਜਾਬੀ ਸਿਮੀ